ਹਾਂਜੀ ਪਾਕਿਸਤਾਨੀ ਹੋਗਾ ਠੰਡਾ ਇਹ ਚੱਕਰ ਹੀ ਕੋਈ ਨਹੀਂ 120 ਕੋਰਾ ਹੀ ਐਂ ਬੂਰਾ ਕਰ ਦੇਣਾ ਉਦੋਂ ਸਾਡੇ ਮਿੱਠੇ ਮਿੱਠੇ ਪਿਆਰੇ ਪਿਆਰੇ ਲਾਹੌਰੀਏ ਲੱਗੇ ਹੋਏ ਸੀ ਅਬ ਤੂੰ ਮੁੰਦੇ ਇੱਕ ਨਾ ਯਾਰ ਜੀ 120 ਛੜਾਨਾ ਨਾ ਇਹ ਕੋਈ ਬਾਤ ਹੀ ਨਹੀਂ ਆ ਯਾ ਬਾਬਾ ਬੜਾ ਤਾਂ ਮੈਂ ਇਕੱਲੇ ਚੇਜ ਕਰ ਦੇਗਾ ਯਾੜ ਉਹ ਬੰਦਾ ਵਨ ਮੈਂ ਨਾ ਆੜਮੀਆਂ ਤੂੰ ਮੁੰਦੇ ਇੱਕ ਨਾ ਯਾ ਕ੍ਰਿਕਟ ਵਰਲਡ ਕੱਪ ਤੂੰ ਅਬ ਹਮਾੜਾ ਹੀ ਆ ਤੂੰ ਛੋੜ ਬਾਤ ਕੋ ਗੱਲ ਇਹ ਨਾ ਬਾਬੇ ਉਹ ਵੀ ਸੜਾ ਸਾਈਕਲ ਦਾ ਵੀ ਕੋਈ ਨਾ ਕੋਈ ਸਟੈਂਡ ਨਾ ਪਰ ਸਾਡੀ ਕੌਮ ਦਾ ਰਿਕਵੈਸਟ ਹੈ ਕਿ ਹਣੇ ਸਿਆਣੇ ਕਹਿੰਦੇ ਨੇ ਕਦੇ ਮਾਸੇ ਤੇ ਕਦੇ ਤੋਲੇ ਕਦੇ ਇੱਧਰ ਕਦੇ ਉੱਧਰ ਸਵੇਰ ਦੇ ਚੁੱਕ ਕੇ ਕੈਮਰੇ ਉਧਰ ਨਹੀਂ ਤਰੀਫਾਂ ਕਰਨ ਲੱਗੇ ਹੋਏ ਇਸ ਵੀ ਬੱਲੇ ਬੱਲੇ 120 ਸਕੋਰ ਬਣਨ ਦਿੱਤਾ ਤੇ ਜਦੋਂ ਮੈਚ ਹਾਰ ਗਏ ਹੁਣ ਸਾਰੇ ਉੱਠ ਕੇ ਉਹਨਾਂ ਗਾਲਾਂ ਕੱਢੀ ਜਾਂਦੇ ਆ ਤਕਸਰੇ ਕਰੀ ਜਾਂਦੇ ਵੀ ਤੁਹਾਨੂੰ ਪਹਿਲੇ ਨਹੀਂ ਸੀ ਪਤਾ ਵੀ ਤੁਸੀਂ ਕਿਹੜੀ ਟੀਮ ਤੇ ਤਵਕਕੋ ਲਾ ਕੇ ਬੈਠੇ ਹੋਏ ਹੋ ਸਿਆਣੇ ਕਹਿੰਦੇ ਨੇ ਕਿ ਘਰ ਦੇ ਜੰਮਿਆਂ ਦੇ ਦੰਦ ਨਹੀਂ ਗਿਣੀਆਂ ਦੇ ਹਾਲਾਂ ਤੋਂ ਪਤਾ ਲੱਗ ਜਾਂਦਾ ਮੈਚ ਅਸੀਂ ਹਰਨਾ ਹੀ ਸੀ ਬਾਬਿਓ ਔਰ ਰੱਬੂ ਅਸੀਂ ਹਾਰ ਗਏ ਲੇਕਿਨ ਮੈਂ ਗੱਲ ਆਇਆ ਥੋੜਨਾ ਕਰਨ ਜਿਹੜੇ ਰਵਾਇਤੀ ਜੁਮਲੇ ਅਸੀਂ ਬੋਲਦੇ ਆ ਨਾ ਕਿ ਬਾਈ ਜੀ ਜੋ ਮਰਜ਼ੀ ਹੋ ਜਾਏ ਅਸੀਂ ਇੰਡੀਆ ਕੋ ਜਿੱਤਣਾ ਹੈ ਜਿੱਤਣਾ ਚਾਹੇ ਅਸੀਂ ਵਰਲਡ ਕੱਪ ਹਾਰ ਜੀਏ ਚਾਹੇ ਹੋਰ ਕਿਸੇ ਮਰਜ਼ੀ ਟੀਮ ਕੋ ਹਾਰ ਜੀਏ ਲੇਕਿਨ ਅਸੀਂ ਇੰਡੀਆ ਕੋਲੋਂ ਜਿੱਤਣਾ ਹੈ ਜਿੱਤਣਾ ਬਈ ਤੁਹਾਨੂੰ ਲੱਗੂਗਾ ਮੇਰੀ ਗੱਲ ਦਾ ਗੁੱਸਾ ਜਿੱਤ ਜਾਂ ਖੇਡ ਜਾਂ ਰਿਸ਼ਤਾ ਜਾਂ ਦੋਸਤੀ ਜਾਂ ਦੁਸ਼ਮਣੀ ਹਮੇਸ਼ਾ ਉੱਥੇ ਹੀ ਹੁੰਦੀ ਹੈ ਜਿੱਥੇ ਥੋੜੀ ਹੋਵੇ ਬਰਾਬਰੀ ਜਿੱਥੇ ਬਰਾਬਰੀ ਨਾ ਹੋਵੇ ਉੱਥੇ ਕੰਮ ਨਹੀਂ ਹੁੰਦੇ ਓਕੇ ਇੰਡੀਆ ਸਾਹਤੋਂ ਭਾਜੀ ਬਹੁਤ ਅ ਇੰਡੀਆ ਸਾਥੋਂ ਪੈਸੇ 'ਚ ਅੱਗੇ ਆ, ਆਈਟੀ 'ਚ ਅੱਗੇ ਆ, ਮੈਡੀਕਲ 'ਚ ਅੱਗੇ ਆ। ਇੰਡੀਆ ਸਾਥੋਂ ਖੇਡਾਂ ਦੇ ਵਿੱਚ ਵੀ ਅੱਗੇ ਆ। ਪਹਿਲਾਂ ਅਸੀਂ ਉਹਨਾਂ ਦੇ ਬਰਾਬਰ ਦੇ ਤਾਂ ਹੋਈਏ ਐਂ ਫੋਕੇ ਨਾਰੇ ਮਾਰਿਆਂ ਜਾਂ ਗੱਲਾਂ ਕਰਿਆਂ ਕੁਝ ਨਹੀਂ ਬਣਦਾ। ਸਿਆਣੇ ਕਹਿੰਦੇ ਨੇ ਕਿ ਪਾਥੀਆਂ ਟਾਂ ਵੈਰ ਨਹੀਂ ਮੁੱਕਦੇ ਤੱਤੇ ਪਾਣੀਆਂ ਨਾਲ ਕਦੇ ਘਰ ਨਹੀਂ ਛੜੇ। ਸਾਨੂੰ ਉਹਨਾਂ ਦੀ ਬਰਾਬਰੀ ਕਰਨੀ ਚਾਹੀਦੀ ਇੰਡੀਆ ਦੇ ਵਿੱਚ ਹਰ ਤੱਕ ਕਿਸੇ ਨੂੰ ਇਹ ਹੀ ਪਤਾ ਕਿ ਉਹਨਾਂ ਦੇ ਆਰਮੀ ਚੀਫ ਦਾ ਨਾਮ ਕੀ ਆ ਤਾਂ ਸਾਡੇ ਬੱਚੇ ਬੱਚਿਆਂ ਨੂੰ ਪਤਾ ਕਿ ਪਹਿਲੇ ਇੱਥੇ ਬਾਜਬਾ ਹੁੰਦਾ ਸੀ ਤੇ ਅੱਜ ਕੱਲ ਹਾਫ ਹਿਸਾਬ 'ਚ ਉੱਥੇ ਹੁਣ ਇਲੈਕਸ਼ਨ ਹੋ ਕੇ ਹਟਿਆ ਕਿਸੇ ਨੂੰ ਇਹ ਨਹੀਂ ਪਤਾ ਫਾਰਮ 42 ਕੀ ਹੁੰਦਾ 47 ਕੀ ਹੁੰਦਾ ਹੈ ਕਿਸੇ ਮੀਡੀਆ ਚੈਨਲ ਨੇ ਇਹ ਹੀ ਗੱਲ ਕੀਤੀ ਕਿ ਅਰਡਲ ਕਿਸੇ ਸਟੇਟ ਦਾ ਲੇਟ ਕਿਉਂ ਹੋ ਗਿਆ ਇੱਥੇ ਸਾਡਾ ਮੀਡੀਆ ਵੀ ਜਿਹੜਾ ਕੁੱਤੇ ਵਾਂਗ ਭੌਂਗਦਾ ਰਹਿੰਦਾ ਸਾਰੀ ਦਿਹਾੜੀ ਤੇ ਬਾਰਡਰ ਖੋਲੀਏ ਵਪਾਰ ਕਰੀਏ ਫਿਰ ਅਸੀਂ ਉਹਨਾਂ ਦੇ ਬਰਾਬਰ ਆ ਕੇ ਖੇੜੀਏ ਦੁਸ਼ਮਣੀ ਕਰੀਏ ਕੁਝ ਵੀ ਕਰੀਏ ਫਿਰ ਸਾਨੂੰ ਵਾਰਾ ਖਾਂਦੀ ਆ ਜਾਪਾਨ ਦੇ ਉੱਤੇ ਅਮਰੀਕਾ ਨੇ ਦੋ ਵਾਰੀ ਐਟਮ ਬੰਬ ਮਾਰੇ ਆ 1945 ਦੇ ਵਿੱਚ ਤੇ ਜਾਪਾਨ ਦੇ ਵਿੱਚ ਅੱਜ ਤੱਕ ਕਿਸੇ ਬੰਦੇ ਨੇ ਅਮਰੀਕਾ ਨੂੰ ਮੁਰਦਾਬਾਦ ਨਹੀਂ ਕਿਹਾ ਕਦੇ ਉਹਨਾਂ ਨੇ ਗਾਲ ਨਹੀਂ ਕੱਢੀ ਕਿਸੇ ਬੰਦੇ ਨੇ ਉਹਨੂੰ ਕਿਸੇ ਜਾਪਾਨੀ ਨੂੰ ਪੁੱਛਿਆ ਵੀ ਤੁਸੀਂ ਕਦੇ ਅੱਜ ਤੱਕ ਇਹਨਾਂ ਨੂੰ ਗਾਲ ਨਹੀਂ ਕੱਢੀ ਤੇ ਨਹੀਂ ਮੁਰਦਾਬਾਦ ਨਹੀਂ ਕਿਹਾ ਵਜ੍ਹਾ ਕੀ ਹੈ ਤੁਸੀਂ ਆਪਣਾ ਬਦਲਾ ਭੁੱਲ ਗਏ ਉਹਨੇ ਕਿਹਾ ਨਹੀਂ ਅਸੀਂ ਆਪਣਾ ਬਦਲਾ ਇਹਨਾਂ ਕੋਲ ਲੈ ਰਹੇ ਹਨ ਉਹਨੇ ਕਿਹਾ ਕਿਦਾਂ ਉਹਨੇ ਕਿਹਾ ਅਮਰੀਕਾ ਦਾ ਸਦਰ ਜਿਹੜੀ ਗੱਡੀ ਦੇ ਵਿੱਚ ਦਫ਼ਤਰ ਆਉਂਦਾ ਨਾ ਵਾਈਟ ਹਾਊਸ ਦੇ ਵਿੱਚ ਉਹ ਗੱਡੀ ਟੋヨタ ਦੀ ਆ ਉਹ ਸਾਡੀ ਆ ਉਹ ਆ ਕੇ ਜਿਹੜਾ ਫੋਨ ਸੁਣਦਾ ਟੈਲੀਫੋਨ ਉਹ ਸਾਡਾ ਬਣਾਇਆ ਹੋਇਆ ਹੈ ਉਹ ਆਕੇ ਰੂਮੂਡ ਦੇ ਨਾਲ ਜਿਹੜਾ ਟੀਵੀ ਔਨ ਕਰਦਾ ਸੋਨੀ ਦਾ ਉਹ ਸਾਡਾ ਬਣਿਆ ਹੋਇਆ ਉਹ ਆਕੇ ਜਿਹੜਾ ਏਸੀ ਔਨ ਕਰਦਾ ਮਿਰਸੋ ਬਿਸ਼ੀ ਦਾ ਉਹ ਸਾਡਾ ਬਣਿਆ ਹੋਇਆ ਉਹ ਸਾਡੇ ਮਰੂਨੇ ਮਿੰਨਤ ਨੇ ਅਸੀਂ ਅੱਜ ਚੀਜ਼ਾਂ ਉਹਨਾਂ ਨੂੰ ਦੇ ਰਹੇ ਹਾਂ ਸਾਡੇ ਗਾਹਕ ਨੇ ਸਾਡੇ ਕਸਟਮਰ ਨੇ ਸਾਡੇ ਅੱਗੇ ਐਵੇਂ ਵਪਾਰ ਕਰਨ ਵਾਸਤੇ ਹੱਥ ਬੰਨ ਕੇ ਖੜੇ ਹੁੰਦੇ ਆ ਇਹ ਹੁੰਦੀਆਂ ਨੇ ਗੱਲਾਂ ਇਹ ਹੁੰਦੀ ਆ ਬਰਾਬਰੀ ਠੀਕ ਹੈ ਪਹਿਲਾਂ ਗੁਰੂ ਉਹ ਅਸੀਂ ਆਈਏ ਬਰਾਬਰ ਫੇਰ ਅਸੀਂ ਇਹਨਾਂ ਖੇਡਾਂਗੇ ਵੀ ਲੜਾਂਗੇ ਵੀ ਪੜਾਂਗੇ ਵੀ ਤੇ ਰਾਵੀ ਵਾਲਾ ਪਾਣੀ ਵੀ ਲਵਾਂਗੇ ਜਿਹੜਾ ਰਾਵੀ ਦਾ ਪਾਣੀ ਇੰਨਾ ਡੱਕਿਆ ਹੋਇਆ ਤਾਂ ਫਿਰ ਬੰਦਾ ਕਸ਼ਮੀਰ ਦੀ ਗੱਲ ਵੀ ਕਰਦਾ ਸਮਝਾਈ ਨਾ ਆਖਰੀ ਸ਼ਾਹਪੁਰ ਕੰਡੀਟੈਂਟ ਬਣਾ ਕੇ ਰਾਵੀ ਤੇ ਸਾਡੀ ਤਬੂਤ ਦੇ ਵਿੱਚ ਮੋਦੀ ਨੇ ਕਿਹਾ ਤੇ ਠੋਖਿਆ ਹੋਇਆ ਜਿਸ ਨਾਲ ਅੱਧਾ ਪੰਜਾਬ ਬੰਜਰ ਹੋਣਾ ਸੋ ਗੱਲਾਂ ਨੇ ਬਾਬੇ ਆ